ਕਿਤੇ ਡਾਲਰਾਂ ਦੀ ਮਹਿਕ 'ਚ ਨਾ ਗਵਾਜੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਇ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦਾ ਸ਼ੋਅ ਸਾਡੇ ਦਰਸ਼ਕਾਂ ਵਾਸਤੇ ਖਾਸ ਹੋਏਗਾ ਰਿਕਾਰਡਡ ਸ਼ੋਅ ਆ ਕਾਲਾਂ ਦਾ ਸਿਲਸਿਲਾ ਜਿਹੜਾ ਉਹ ਨਹੀਂ ਲਿਆ ਜਾਏਗਾ ਪਰ ਸ਼ੋਅ ਇੰਨਾ ਕੁ ਵਧੀਆ ਹੋਏਗਾ ਕਿ ਸਾਡੇ ਦਰਸ਼ਕ ਜਿਹੜੇ ਘਰਾਂ ਵਿੱਚ ਬੈਠੇ ਨੇ ਉਹ ਪੂਰਾ ਆਨੰਦ ਮਾਣਨਗੇ ਅਸੀਂ ਅਕਸਰ ਗੱਲ ਕਰੀਦੀ ਹੈ ਸੰਗੀਤ ਦੀ ਸੰਗੀਤ ਸਾਡੀ ਰੂਹ ਦੀ ਖੁਰਾਕ ਹੈ ਹਰ ਬੰਦੇ ਦੀ ਜਿੰਦ ਜਾਨ ਸੰਗੀਤ ਹੈ ਚਾਹੇ ਉਹਦਾ ਸੁਭਾਅ ਜਿੰਨਾ ਮਰਜ਼ੀ ਕੌੜਾ ਹੋਵੇ ਪਰ ਸੰਗੀਤ ਜ਼ਰੂਰ ਸੁਣਦਾ ਬੰਦਾ ਕੋਈ ਕਿਸੇ ਤਰ੍ਹਾਂ ਦਾ ਸੁਣਦਾ ਕੋਈ ਕਿਸ ਤਰ੍ਹਾਂ ਦਾ ਸੁਣਦਾ ਕੋਈ ਕਿਸ ਤਰ੍ਹਾਂ ਸੁਣਦਾ ਸੰਗੀਤ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਇੱਕ ਸ਼ਖਸੀਅਤ ਐਸੇ ਨੇ ਜਿਹੜੇ ਬਹੁਤ ਵਧੀਆ ਜੌਬ 'ਤੇ ਹੋਣ ਦੇ ਬਾਵਜੂਦ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਤਤਪਰ ਨੇ ਖਾਸ ਤੌਰ 'ਤੇ ਸੰਗੀਤ ਦੀ ਗੱਲ ਕਰੀਏ ਸੰਗੀਤ ਵਾਸਤੇ ਅਤੇ ਉਸ ਤੋਂ ਵੀ ਜੇ ਉੱਪਰਲੀ ਗੱਲ ਕਰੀਏ ਤਾਂ ਉਹ ਸਾਡੇ ਸਿੱਖ ਧਰਮ ਦੇ ਸੰਗੀਤ ਵਾਸਤੇ ਜਾਂ ਸਿੱਖ ਧਰਮ ਦੀ ਸ਼ਬਦ ਗੁਰਬਾਣੀ ਜਿਹੜੀ ਹੈ ਉਹਦੇ ਵਾਸਤੇ ਵੀ ਤਤਪਰ ਨੇ ਔਰ ਸਾਡੇ ਅੱਜ ਸਟੂਡੀਓ 'ਚ ਆਏ ਨੇ ਅਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਗੱਲਬਾਤ ਕਰਾ ਦਈਏ ਪਹਿਲਾਂ ਵੀ ਇੱਕ ਅੱਧੀ ਵਾਰੀ ਇਹਨਾਂ ਦੀ ਇੰਟਰਵਿਊ ਤੁਸੀਂ ਦੇਖੀ ਆ ਅਤੇ ਅੱਜ ਫਿਰ ਇਹਨਾਂ ਨੂੰ ਸਵਾਗਤ ਕਰ ਕਹਿੰਦੇ ਹਾਂ ਲੀਨਾ ਸਿੰਘ ਜੀ ਸਿੰਗਰ ਸਾਡੇ ਬਹੁਤ ਵਧੀਆ ਗਾਇਕ ਆ ਇੱਥੋਂ ਦੇ ਉਹਨਾਂ ਨਾਲ ਗੱਲ ਕਰਦੇ ਹਨ ਜੀ ਲੀਨਾ ਸਿੰਘ ਜੀ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਗਲੈਡ ਟੂ ਬੀ ਹੇਅਰ ਜੀ ਤੁਸੀਂ ਆਏ ਵਧੀਆ ਵੈਸੇ ਜੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਸ਼ੁਰੂਆਤ ਇਸੇ ਗੱਲ ਤੋਂ ਕਰਦੇ ਹਾਂ ਵੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਜਿੰਨਾ ਹੁਣ ਤੱਕ ਕੀਤਾ ਚਾਹੇ ਉਹ ਅਸੀਂ ਧਾਰਮਿਕ ਖੇਤਰ ਦੀ ਗੱਲ ਕਰ ਲਈਏ ਚਾਹੇ ਅਸੀਂ ਕੰਮ ਦੀ ਗੱਲ ਕਰ ਲਈਏ ਸੱਭਿਆਚਾਰ ਦੀ ਗੱਲ ਕਰ ਲਈਏ ਚਾਹੇ ਅਸੀਂ ਕਿਤੇ ਕਿਤੇ ਕਮਰਸ਼ੀਅਲ ਗੀਤਾਂ ਦੀ ਵੀ ਗੱਲ ਕਰ ਲਈਏ ਤਾਂ ਕਮਰਸ਼ੀਅਲ ਗੀਤ ਵੀ ਤੁਹਾਡੇ ਬਹੁਤ ਸੋਹਣੇ ਆਏ ਆ ਥੈਂਕ ਯੂ ਜੀ ਅਤੇ ਜਿਵੇਂ ਲੀਨਾ ਜੀ ਤੁਸੀਂ ਬਹੁਤ ਕੰਪਿਊਟਰ ਇੰਜੀਨੀਅਰਿੰਗ ਦੀ ਤੁਹਾਡੀ ਜੋਬ ਹੈ ਬਹੁਤ ਵੱਡੀ ਜੋਬ ਹੈਗੀ ਆ ਬਹੁਤ ਜ਼ਿੰਮੇਵਾਰੀ ਵਾਲੀ ਜੋਬ ਹੁੰਦੀ ਹੈ ਕੰਮ ਕਾਰ ਉਹ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਪੜ੍ਹਾਈ ਲਿਖਾਈ ਵੀ ਤੁਸੀਂ ਕੀਤੀ ਹੋਈ ਹੈ ਅਤੇ ਇਹਦੇ ਬਾਵਜੂਦ ਤੁਹਾਡਾ ਜਿਹੜਾ ਅਸੀਂ ਪਹਿਲਾਂ ਗੱਲ ਕਰਾਂਗੇ ਧਾਰਮਿਕ ਪੱਖ ਦੀ ਵੀ ਇੱਧਰਲੇ ਪਾਸੇ ਝੁਕਾਅ ਤੁਹਾਡਾ ਕਿਵੇਂ ਹੋਇਆ very interesting question tuaja jaggi ji so let me go back to engineering mein computer science ch kiti hai ji haan ji so i was one of the toppers bahut ethe silicon valley ch bahut time ho gaya kaam karde hoye so at and i did lot of publishing of the books related to the technology engineering which na Achha, computer ji. science the so bahut successful hoya mera books the one day i just had a thought ki main inna kuch inya kitabaan likh rahi ha just mere ek manish khayal aaya ki i need to learn what is there in guru granth sahib ji wah ji to oh is tarah hoya ki pata nahi hunda kai kadi apne andar ki hai gaya tode so i just started doing it the jivein oh knowledge flow kar diya na jivein oh mainu within like few months ਮੈਨੂੰ ਲੱਗਿਆ ਕਿ ਯੂ ਨੋ ਇਹ ਤਾਂ ਬਹੁਤ ਵਾਹਿਗੁਰੂ ਦੀ ਕਿਰਪਾ ਹੈ ਯੂ ਨੋ ਦਿਸ ਨੌਲੇਜ ਇਜ਼ ਅ ਫਲੋਇੰਗ ਐਜ਼ ਇਫ ਇਟਸ ਜਸਟ ਇਨ ਇਨਸਾਈਡ ਮੀ ਰਾਈਟ ਤਾਂ ਉਹ ਫਿਰ ਇੱਕ ਤਰ੍ਹਾਂ ਸ਼ੁਰੂ ਹੋਇਆ ਉਹ ਸਿਲਸਿਲਾ ਕਿ ਸਾਰਾ ਸਮਝਣਾ ਹੈ ਆਈ ਵਿਦ ਇਨ ਫਿਊ ਮੰਥਸ ਆਈ ਥਿੰਕ ਆਈ ਡਿਡ ਆਈ ਰੈਡ ਸੋ ਮੈਨੀ ਟਰਾਂਸਲੇਸ਼ਨਸ ਮੈਂ ਆਪ ਪੂਰੀ ਟਰਾਂਸਲੇਸ਼ਨ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਤੋਂ ਬਾਅਦ ਉੱਥੇ ਰਾਗਸ ਦਾ ਜ਼ਿਕਰ ਹੈਗਾ ਸੋ ਦੈਨ ਆਈ ਗੋਟ ਇੰਟਰਸਟਿਡ ਕਿ ਸੰਗੀਤ ਦਾ ਜਿਹੜਾ ਸਾਡੇ ਸਤਿਗੁਰਾਂ ਨੇ ਮਿਊਜ਼ਿਕ ਨੂੰ ਲੈ ਕੇ ਜਿਹੜੀ ਮੈਸੇਜਿੰਗ ਕੀਤੀ ਹੈ ਨਾ ਸੋ ਦੈਟ ਮਿਊਜ਼ਿਕ ਇਜ਼ ਸੋ ਗ੍ਰੇਟ ਸੋ ਬਚਪਨ ਵਿੱਚ ਥੋੜ੍ਹੀ ਮਿਊਜ਼ਿਕ ਸਿੱਖੀ ਸੀ ਪਰ ਉਸ ਤੋਂ ਬਾਅਦ ਮੈਂ ਰਾਗ ਸਿੱਖਣੇ ਸ਼ੁਰੂ ਕੀਤੇ ਸਾਰੇ ਇੰਸਟਰੂਮੈਂਟ ਸਿੱਖਣੇ ਸ਼ੁਰੂ ਕੀਤੇ ਯੂ ਨੋ ਜਿਵੇਂ ਜਿਵੇਂ ਇਹ ਸਬਬ ਵੀ ਬਣਦਾ ਗਿਆ ਕਿ ਜਿਹੜੇ ਮੇਰੇ ਕੋਂਟੈਕਟ ਵਿੱਚ ਆਏ ਨਾ ਬਹੁਤ ਹੀ ਅੱਛੇ ਟੀਚਰਸ ਰਾਈਟ ਮੰਨੇ ਹੋਏ ਟੀਚਰਸ ਲਾਈਕ ਆਈ ਗੋਟ ਅ ਚਾਂਸ ਟੂ ਲਰਨ ਫਰੋਮ ਦੈਮ ਐਂਡ ਦੈਨ ਦ ਵੇ ਇਟ ਹੈਪਨਡ ਇਜ਼ ਕਿ ਉਸ ਤਰ੍ਹਾਂ ਹੀ ਵਿਦ ਇਨ ਫਿਊ ਈਅਰਸ ਆਈ ਜਸਟ ਸੋ ਕਿ ਇਹ ਤਾਂ ਮੇਰੇ ਅੰਦਰ ਹੀ ਸੀਗਾ ਯੂ ਨੋ ਦਿਸ ਇਜ਼ ਆਲ ਐਫਰਟਲੈਸ ਹੁਣ ਜਿਵੇਂ ਬੈਡ ਦੀਆਂ ਲਿਰਿਕਸ ਲਿਖਦੀਆਂ ਇਟਸ ਜਸਟ ਐਫਰਟਲੈਸ ਥਿੰਗ ਰਾਈਟ ਇੰਨਾ ਉਹਦੇ ਵਿੱਚ ਮਨ ਲੱਗਦਾ ਹੈ ਸੋ ਐਂਡ ਦੈਨ ਆਈ ਥੋਟ ਕਿ ਆਲ ਆਰ ਸਿੱਖ ਜਿਹੜਾ ਮਿਊਜ਼ਿਕ ਹੈ ਨਾ ਜਿਹੜੀ ਸਾਡੀ ਰਿਚਨੈਸ ਹੈਗੀ ਹੈ ਜਿਹੜੀ ਵਿਰਾਸਤ ਹੈਗੀ ਹੈ ਆਲ ਦੈਟ ਪੋਇਟਰੀ ਦ ਮਿਊਜ਼ਿਕ ਜਿਹੜੀ ਸਾਡੀ ਪੰਜਾਬੀਅਤ 'ਚ ਹੈਗੀ ਹੈ ਦੇਰ ਹੈਸ ਬੀ ਅ ਵੇ ਕਿ ਅੱਜ ਕੱਲ੍ਹ ਲੋਕਾਂ ਦੇ ਸਾਹਮਣੇ ਲਿਆਣ ਕਰ ਹੈ ਨਾ ਕਿਸ ਤਰ੍ਹਾਂ ਲੈ ਕੇ ਆਉਣਾ
So then I started thinking of making these rags sikhe, right? Bachiyan nu sikhana shuru kita, instruments aap sikhe. Then I started to do the music albums main bananiyan shuru kitiyan because I wanted to bring in... Asi pehla ede thode jaya edu complete kariye sade darshakan vaste. Music album to pehla jehda tusi gal kiti hai, tuhanu andar hi ek cheez bahut vadhiya gal tusi kahi hai sade darshakan vaste, sade sare vaste ek suneha vi hega, message vi banda hai ki sade andar hi hai sara kuch. ਜ਼ਰੂਰਤ ਹੈ ਬਾਹਰ ਕੱਢਣ ਦੀ ਅਤੇ ਗੱਲ ਮੈਂ ਇਹ ਕਰ ਰਿਹਾ ਸੀ ਵੀ ਤੁਹਾਨੂੰ ਸੋਰੀ ਪਰਿਵਾਰਕ ਤੌਰ 'ਤੇ ਪਹਿਲਾਂ ਕੋਈ ਸੀਗੇ ਇਸ ਲਾਈਨ ਦੇ ਵਿੱਚ ਸੰਗੀਤ ਦੇ ਵਿੱਚ ਜਾਂ ਤੁਸੀਂ ਤੁਹਾਨੂੰ ਹੀ ਇਹ ਜ਼ਿਆਦਾ ਹੋਇਆ ਕੱਢਿਆ ਨੂੰ ਨਹੀਂ ਜੀ ਪਰਿਵਾਰਕ ਤੌਰ 'ਤੇ ਤਾਂ ਨਹੀਂ ਹੈਗੇ ਲਾਈਕ ਆਈ ਦੇਰ ਇਜ਼ ਨੋ ਸੱਚ ਹਿਸਟਰੀ ਆਫ ਸੰਗੀਤ ਪਰਿਵਾਰ ਵਿੱਚ ਸੋ ਇਟਸ ਜਸਟ ਆਈ ਥਿੰਕ ਜਿਸ ਤਰ੍ਹਾਂ ਵੀ ਹੋਇਆ ਹਾਂਜੀ ਚਲੋ ਵਧੀਆ ਜੀ ਵਧੀਆ ਜਿਸ ਤਰ੍ਹਾਂ ਵੀ ਇੰਟਰਸਟ ਹੋਇਆ ਤੁਹਾਡਾ ਇੰਟਰਸਟ ਬਣਿਆ ਅਤੇ ਪਹਿਲੀ ਵਾਰ ਕਦੋਂ ਕਿੰਨੀ ਕੁ ਉਮਰ ਹੋਏਗੀ ਤੁਹਾਡੀ ਉਦੋਂ ਜਦੋਂ ਤੁਸੀਂ ਸਟੱਡੀ ਵਗੈਰਾ ਕਰ ਲਈ ਸੀਗੀ ਜਦੋਂ ਤੁਸੀਂ ਇਸ ਲਾਈਨ ਵਾਲੇ ਪਾਸੇ ਆਏ ਅਸੀਂ ਗੱਲ ਕਰਦੇ ਪਹਿਲਾਂ ਤੁਸੀਂ ਧਾਰਮਿਕ ਵਾਲੇ ਪੱਖ ਵਾਲੇ ਪਾਸੇ ਆਏ ਫਿਰ ਬਾਅਦ ਦੇ ਵਿੱਚ ਮਿਊਜ਼ਿਕ ਐਲਬਮ ਵਾਲੇ ਪਾਸੇ ਆਏ ਧਾਰਮਿਕ ਦੀ ਅਗਰ ਗੱਲ ਕਰੀਏ ਤਾਂ ਕਿੰਨੀ ਕੁ ਉਮਰ ਹੋਏਗੀ ਤੁਹਾਡੀ ਜਦੋਂ ਤੁਹਾਨੂੰ ਇੱਧਰ ਲੱਗਣ ਲੱਗੀ ਜ਼ਿਆਦਾ ਸੰਗੀਤ ਦੀ ਹਾਂਜੀ ਸੀ ਜਦੋਂ ਘਰ ਵਿੱਚ ਤਾਂ ਹਮੇਸ਼ਾ ਸਾਡੇ ਹੁੰਦਾ ਹੀ ਹੈ ਨਾ ਸਾਡੇ ਪੇਰੈਂਟਸ ਐਂਡ ਐਵਰੀਬਡੀ ਇਨ ਦਾ ਫੈਮਿਲੀ ਤਾਂ ਤੁਸੀਂ ਦੇਖਦੇ ਹੋ ਬਚਪਨ ਵਿੱਚ ਬਟ ਪਾਠ ਕਰਨਾ ਵੀ ਆਉਂਦਾ ਸੀਗਾ ਸਭ ਸਿਖਾਇਆ ਹੋਇਆ ਸੀਗਾ ਬਟ ਇਹ ਜਿਹੜਾ ਆਪਣੇ ਮਨ ਵਿੱਚ ਆਇਆ ਇਟਸ ਜਸਟ ਆਫਟਰ ਰਾਈਟ ਆਫਟਰ ਆਈ ਡਿਡ ਇੰਜੀਨੀਅਰਿੰਗ ਆਈ ਥਿੰਕ ਇੱਕ ਦੋ ਸਾਲ ਵਿੱਚ ਹੀ ਆਈ ਰਿਮੈਂਬਰ ਆਈ ਵਾਜ਼ ਲਾਈਕ ਜਦੋਂ ਇੱਥੇ ਵੈਨ ਆਈ ਫਸਟ ਅੰਡਰਸਟੂਡ ਆਲ ਦਾ ਜਪਜੀ ਸਾਹਿਬ ਮੈਂ ਇੱਥੇ ਆਈ ਵਾਜ਼ ਅਰਾਊਂਡ ਲਾਈਕ 20s early 20s jadon main gurdware vich unhan nu kya main japji sahib sikhana hai padhana hai so I had students odon main odon unhan nu sikhandi hundi si jaake ki eda ki matlab hai ki arth hai gaya you know after going through all that reading all that translation doing translation myself so in early 20s I started doing that in the gurdwara haan ji ਅਤੇ ਜਿਹੜੇ ਤੁਹਾਡੇ ਕੋਲ ਮੈਂ ਦੇਖੇ ਸੀ ਅਸੀਂ ਪਹਿਲਾਂ ਕਾਫੀ ਦੇਰ ਪਹਿਲਾਂ ਸਾਡੇ ਦਰਸ਼ਕਾਂ ਨੂੰ ਦਿਖਾਏ ਵੀ ਸੀ ਤੁਹਾਡੇ ਕੋਲ ਪੁਰਾਤਨ ਸਾਜ਼ ਜਿਹੜੇ ਹੈਗੇ ਸਾਡੇ ਗੁਰੂ ਸਾਹਿਬਾਨਾਂ ਦੇ ਅਸੀਂ ਇਸ ਸੈਗਮੈਂਟ ਦੇ ਵਿੱਚ ਅਸੀਂ ਇਹੀ ਗੱਲ ਕਰਾਂਗੇ ਅਤੇ ਅਗਲੇ ਸੈਗਮੈਂਟ ਤੋਂ ਅਸੀਂ ਜਿਹੜੀ ਮਿਊਜ਼ਿਕ ਐਲਬਮ ਦੀ ਗੱਲ ਕਰਾਂਗੇ ਪੁਰਾਤਨ ਸਾਜ਼ ਤੁਹਾਡੇ ਕੋਲ ਸਾਰੇ ਨੇ ਉਹਨਾਂ ਦਾ ਸ਼ੌਕ ਕਿਵੇਂ ਹੋਇਆ ਤੁਸੀਂ ਸਾਰੇ ਸਾਜ਼ ਵਜਾ ਲੈਂਦੇ ਹੋ ਉਹ ਬੱਚਿਆਂ ਨੂੰ ਵੀ ਸਿਖਾਉਂਦੇ ਹੋ ਅਤੇ ਉਹ ਸਾਜ਼ ਗਾਉਣਾ ਇੱਕ ਅਲੱਗ ਚੀਜ਼ ਹੈ ਨਾਲ ਜੁੜਨਾ ਇੱਕ ਅਲੱਗ ਚੀਜ਼ ਹੈ ਔਰ ਪੁਰਾਤਨ ਸਾਜ਼ ਇਕੱਠੇ ਕਰਨ ਦਾ ਸ਼ੌਕ ਇੱਕ ਅਲੱਗ ਚੀਜ਼ ਹੈ ਉਹ ਸ਼ੌਕ ਤੁਹਾਨੂੰ ਕਿੱਥੋਂ ਪਿਆ ਅਤੇ ਕਿਵੇਂ ਸਿੱਖੇ ਹੋ ਸੀ ਪੁਰਾਤਨ ਸਾਜ਼ ਦਾ ਤਾਂ ਇੱਕ ਹੁੰਦਾ ਕਿ ਇੱਕ ਵਾਰੀ ਕਿਸੇ ਨੂੰ ਦੇਖ ਲਓ ਨਾ ਰਬਾਬ ਦਾ ਜ਼ਿਕਰ ਸੁਣਿਆ ਸੀ ਜੀ ਕਿ ਗੁਰੂ ਨਾਨਕ ਦਾ ਰਬਾਬ ਹੈ ਅਤੇ ਉਹ ਬੜੇ ਮਨ ਵਿੱਚ ਚਾਅ ਸੀਗਾ ਕਿ ਉਹਨੂੰ ਵਜਾ ਕੇ ਉਹਨੂੰ ਸਿੱਖਣਾ ਹੈ ਵਜਾਉਣਾ ਸੋ ਜਦੋਂ ਇੱਕ ਸਾਜ਼ ਅਤੇ ਬੜਾ ਅੱਛਾ ਸਬਬ ਬਣਿਆ ਕਿ ਉਸਤਾਦ ਹਮਾਜ਼ੂ ਸਖੀ ਜਿਹੜੇ ਹੈਗੇ ਆ ਉਹਨਾਂ ਕੋਲੋਂ ਮੈਂ ਰਬਾਬ ਸਿੱਖ ਪਾਈ ਅਤੇ ਇੱਕ ਵਾਰੀ ਹੁੰਦਾ ਕਿ ਇੱਕ ਇੰਸਟਰੂਮੈਂਟ 'ਚ ਐਂਡ ਥਿੰਗ ਇਜ਼ ਦਾ ਆਈ ਕੁਇਕਲੀ ਪਿਕਡ ਇਟ ਅਪ ਉਹੀ ਹੁੰਦਾ ਨਾ ਜਿਹੜਾ ਮੈਨੂੰ ਪਤਾ ਨਹੀਂ ਸੀ ਜੀ ਅੰਦਰ ਹੈਗਾ ਰਾਈਟ ਜੇ ਇੱਕ ਜੇ ਇੰਸਟਰੂਮੈਂਟ ਸਿੱਖ ਲਓ ਨਾ ਅਤੇ ਉਸ ਤੋਂ ਬਾਅਦ ਫਿਰ ਸ਼ੌਕ ਹੁੰਦਾ ਕਿ ਇਹ ਵਾਲੇ ਸਾਰੇ ਸਿੱਖੀ ਵਿੱਚ ਹੋਰ ਵੀ ਇੰਸਟਰੂਮੈਂਟ ਹੈ ਫਿਰ ਉਹ ਬਾਕੀ ਦੇ ਸਿੱਖਣੇ ਆਪਣੇ ਆਪ ਆ ਜਾਂਦੇ ਹੈ ਹੈ ਨਾ ਸੋ ਸਿੱਖੇ ਕਿਤੇ ਹੋ ਫਿਰ ਕਿਸੇ ਕੋਲੋਂ ਪਹਿਲਾਂ ਬਕਾਇਦਾ ਸਿੱਖਿਆ ਲਈ ਜਾਂ ਆਪ ਹਾਂਜੀ ਹਾਂਜੀ ਨਹੀਂ ਇੰਸਟਰੂਮੈਂਟ ਰਬਾਬ ਦੀ ਮੈਂ ਬਕਾਇਦਾ ਸਿੱਖਿਆ ਲਈ ਉਸ ਤੋਂ ਬਾਅਦ ਜਿਹੜੇ ਕਲਾਸੀਕਲ ਰਾਗਸ ਦੀ ਸਿੱਖਿਆ ਲਈ ਹੁਣ ਮੈਂ ਆਈ ਆਲਸੋ ਡਿਡ ਦ ਮਾਸਟਰਸ ਗੁਰਮਤਿ ਸੰਗੀਤ ਦੀ ਮਾਸਟਰਸ ਫਿਨਿਸ਼ ਕੰਪਲੀਟ ਕੀਤੀ ਤਾਂ ਕਿ ਮੈਂ ਅੱਛੀ ਤਰ੍ਹਾਂ ਸਿੱਖ ਸਕਾਂ ਐਂਡ ਜਿਹੜੀ ਵਿਰਾਸਤ ਹੈ ਸਾਰੀ ਯੂ ਨੋ ਕੀ ਲਿਖਿਆ ਹੋਇਆ ਸਾਡੇ ਲਿਟਰੇਚਰ ਵਿੱਚ ਗੁਰਮਤਿ ਸੰਗੀਤ ਬਾਰੇ ਉਹ ਪਤਾ ਕਰ ਸਕਾਂ ਪਲੱਸ ਆਈ ਆਲਸੋ ਜਿਹੜੇ ਜਿਹੜੇ ਵੀ ਕੋਈ ਕਲਾਸਿਸ ਦਿੰਦੇ ਸੀਗੇ ਨਾ ਇੱਥੇ ਬੇਰੀਆ ਵਿੱਚ ਆ ਕੇ ਅਬਾਊਟ 31 ਰੈਗਸ ਅਬਾਊਟ 33 ਸਾਜ਼ ਅਤੇ ਆਲਮੋਸਟ ਆਈ ਥਿੰਕ ਜਿੰਨੇ ਵੀ ਟੀਚਰ ਇੱਥੇ ਬੇਰੀਆ ਵਿੱਚ ਹੈ ਮੈਂ ਉਹਨਾਂ ਕੋਲ ਗਈ ਹੋਈ ਹਾਂ ਕਦੀ ਕਦੀ ਤਾਂ ਲਾਈਕ ਇੱਕ ਦੋ ਮਹੀਨੇ ਤੱਕ ਜਾ ਕੇ ਸਿੱਖਿਆ ਹੀ ਹੋਇਆ ਅਤੇ ਸਾਜ਼ ਸਾਰੇ ਫਿਰ ਇਹ ਪੁਰਾਤਨ ਸਾਜ਼ ਤੁਹਾਨੂੰ ਕਿੱਥੋਂ ਮਿਲੇ ਇੰਡੀਆ ਤੋਂ ਮੰਗਾ ਲਏ ਲੱਭੇ ਕਿਉਂਕਿ ਅੱਜ ਕੱਲ੍ਹ ਤਾਂ ਹੁਣ ਬੱਚਿਆਂ ਨੂੰ ਵੀ ਦੱਸਣਾ ਹੋਵੇ ਤਾਂ ਫੋਟੋਆਂ ਦੇ ਉੱਪਰ ਹੀ ਦੱਸਦੇ ਅਸੀਂ ਵੀ ਆਹ ਸਾਡੇ ਪੁਰਾਤਨ ਸਾਜ਼ ਸੀਗੇ ਪਰ ਤੁਹਾਡੇ ਕੋਲ ਕਿਹੜੇ ਕਿਹੜੇ ਸਾਜ਼ ਹੈਗੇ ਜੀ ਪੁਰਾਤਨ ਸੋ ਸੀ ਸਾਜ਼ ਵਿੱਚ ਹੁੰਦਾ ਹੈ ਜਿਹੜਾ ਦਿਲਰੁਬਾ ਹੈ ਨਾ ਸਾਜ਼ ਉਹ ਬੜਾ ਈਜ਼ੀਲੀ ਅਵੇਲੇਬਲ ਹੈ ਦੈਟਸ ਅਵੇਲੇਬਲ ਓਵਰ ਹੇਅਰ ਆਲਸੋ ਤੁਸੀਂ ਬਰਕਲੇ ਬਰ ਸੋ ਦਿਲਰੁਬਾ ਇਸ ਈਜ਼ੀਲੀ ਅਵੇਲੇਬਲ ਜਿਹੜਾ ਤਾਊਸ ਬਣਾਉਣਾ ਮੁਸ਼ਕਿਲ ਹੁੰਦਾ ਉਹ ਇੰਡੀਆ ਤੋਂ ਮੰਗਾਉਣਾ ਪੈਂਦਾ ਹੈ ਉਹ ਮੇਰੇ ਕੋਲ 3 ਤਾਊਸ ਹੈਗੇ ਆ ਉਹ ਇੰਡੀਆ ਤੋਂ ਮੰਗਾਏ ਹੋਏ ਆ ਬੜੀ ਮਿਹਨਤ ਨਾਲ ਮੰਗਾਏ ਹੋਏ ਆ ਯੂ ਨੋ ਮਹੀਨੇ ਲੱਗ ਜਾਂਦੇ ਆਉਂਦੇ ਅਤੇ ਜਿਹੜੇ ਰਬਾਬ ਹੈਗੇ ਹੈ ਦੋਜ਼ ਆਰ ਆਲ ਫਰੋਮ ਅਫਗਾਨਿਸਤਾਨ ਆਈ ਗੈਟ ਦੈਮ ਥਰੂ ਉਸਤਾਦ ਹਿਮਾਯੂ ਸਖੀ ਦੇ ਉਹਨਾਂ ਦੇ ਥਰੂ ਹੀ ਮੈਂ ਲੈ ਕੇ ਆਉਂਦੀ ਹਾਂ ਬਟ ਬਿਕੋਜ਼ ਰਬਾਬ
मुश्किल होंगे है जो इंडिया में बनते तो हैं पर उन्होंने फिर आवाज़ नहीं आती. सो आई हैव माई ओन कलैक्शन, आई हैव अ कलैक्शन ऑफ ऑफ लाइक मेरे को एटलीस्ट 50 इंस्ट्रूमेंट मैं कलैक्ट किए हुए हैं ताकि जो बच्चों ने सीखने हैं ना वो मैं कहनी हाँ मेरे को ही लैके सीख लो. सो दे जस्ट बोरो इट एंड दे जस्ट लर्न इट. जो मैं अच्छा इंस्ट्रूमेंट मिलता है तो मैं वो ले आनी हाँ. ये बड़ी कमाल की गल है लीना जी. देखो टाइम कढ़ना सब इस काम वास्ते अजक साढ़े को कम करने में टाइम बिल्कुल नहीं है. तो तुम उस तो बाद गुरमत की एम ए भी की हैगी काम कार करने तो बाद पाँ इंस्ट्रूमेंट ने बच्चों सिखाने भी हो फिर टाइम इन्ना किमें मैनेज कर रहे हो. सी टाइम का तो यह है कि जे एक काम करने लग जाओ ना दैन दैट काइंड ऑफ वर्क जरा अंदरों तुम्हें सुकून मिलता है ना दैट मैनेजिज टाइम इट्सैल्फ. तो टाइम इस तरह है कि वीक टाइम वीकेंड्स ऑल संडे सैटरडे मेरा संडे तो सारा इज गोज ऑन द टीचिंग वॉलंटियर टीचिंग जो करती हाँ एंड दैन सैटरडे ऑल इज इन स्टडिंग. तो राति देर इज ऑल नाइट फॉर यू यू नो कहने जो एक बार क्रिएटिविटी का काम करने लगो ना तो फिर नींद भी नहीं आती. हाँ टाइम का पता नहीं लगता. टाइम का भी पता नहीं लगता. अच्छा असं ब्रेक दे जाने तो पहले उस तो बाद म्यूजिक एल्बम की गल करा तो साढ़े दर्शकों तुम एक ऑनलाइन कर दौ असी कोशिश करा जस पंजाबी भी असी साढ़े दर्शकों जुड़िए वो ऑनलाइन की है मतलब किमें दर्शक जुड़ सकते थोड़े ना. ओके ऑनलाइन ऑनलाइन संगीत का भी करती हाँ. देर इज यूनिक म्यूजिक के थ्रू देर इज ऑनलाइन संगीत एंड देर इज म्यूजिक स्कूल ऑल्सो बिसाइड्स गुरुद्वारा. आई ऑल्सो कोलैबोरेटिड विद द म्यूजिक स्कूल्स बे एरिया विच हैगे हैं बड़े वे म्यूजिक स्कूल हैं जो वैसटर्न म्यूजिक सिखाते हैं बट आई कोलैबोरेटिड विद दैम ताकि मैं उन्होंने उत्थे तंती साज भी सिखा सकाँ. सो दे कैन एनरोल इन देयर ऑनलाइन हर सैटरडे असी गुरबाणी का मैं विचार करती हाँ फॉर डिटेल्स ऑन एनी क्वेश्चन जो आंसर करने हो ना जस्ट लिटरल एज वेल एज डीप मीनिंग्स ऑफ जी थोड़े. हाँ जी ऑनलाइन जुड़े ने असं कोशिश करा जस पंजाबी के जरिए साढ़े नाल जो कॉल करके होर भी दर्शक जो भी जुड़ सकते. उस सैटरडे सवेरे असी रोज़ जूम करते हैं 10 o'clock वी डू दैट. सो आई कैन सेंड हर सैटरडे. हाँ जी हर सैटरडे जी. तो चलो बहुत वधिया गलबात हो रही है जी. एक ब्रेक लेने असल दे विच तुसी मैनू ये नहीं समझ आउंदी वी आपां अगर किहड़े पक्ष की गल ज़्यादा करिए अगर गुरबाणी की गल करते हैं तो गुरबाणी का तुहाडे कोले पूरा खजाना है. संगीत की गल करते संगीत का पूरा खजाना है. पुरातन साजा की गल करते वो तुहाडे कोले पूरा खजाना है. बुक्स वगैरह भी तुसी लिख रहे हो सारा कुछ. सो असी ब्रेक तो बाद जिहड़े हैगे जी वह साढ़े दर्शकों नाल असी गल करांगे. लीना सिंह जी स्टूडियो दे विच ने ते संगीत की गल जी हैगी है संगीत दे नाल इन्हां दी म्यूजिक एल्बम्स भी आईयां ने बकायदा बहुत वधिया वधिया तो उन्हां दी भी गल करांगे. फिलहाल देखते रहो जस पंजाबी. मिलते हैं ब्रेक तो बाद. ब्रेक तो बाद एक बार फिर हाजिर है जी. साडे दर्शक घरों में बैठे ने प्रोग्राम देख रहे हैं और प्रोग्राम अज्ज दा रिकॉर्ड है. कॉलां लाइव जिहड़ियां वह अज्ज नहीं लै होणियां क्योंकि साडे स्टूडियो दे विच मेहमान जिहड़े आए ने वह बहुत वधिया मेहमान ने. उन्हां दी बहुत वधिया गायकी है बहुत वधिया गुरबाणी की गल कर लिए चाहे संगीत की गल कर लिए चाहे सभ्याचार की गल कर लिए तो चाहे असी किसी भी पक्ष की पंजाबी की गल कर लिए तो वह पूरे उन्होंने जुड़े हुए ने तत्पर ने बच्चों नूं सिखाउंदे ने संगीत भी. लीना सिंह साडे स्टूडियो ने एक बार फिर करदे स्वागत. लीना जी बहुत बहुत स्वागत. ब्रेक तो पहला बढ़िया वधिया गल्लां होईयां. मेरा तो दिल करदा आपां घंटा भावें उस टॉपिक ते गल करी जाइए पर आपां सारियां गल्लां जरूरी है. हुण असीं गल शुरू करिए म्यूजिक एल्बम जिहड़ियां तुसीं शुरू कीतियां. हाँ जी. तो वह फिर कदों कुछ मन च विचार आया भी मैनू म्यूजिक एल्बम्स ही करनियां चाहीदियां ने कि किसी ने प्रेरित किया तुहानू. हाँ म्यूजिक एल्बम्स तो इस तरह है कि वट हैपन इज जड़े हूँ जिमें मैं बहुत लिटरेचर पढ़िया ना गुरबाणी का एंड ऑल राइट एंड आई यूज टू डू गुरबाणी की व्याख्या एंड एंड फिर म्यूजिक ना भी बड़ा मन जुड़ गया उस तो बाद. तो वट आई नोटिस मैनू लग्या कि मैं ना मैं कोई म्यूजिक की कॉम्पोजिशन मिलती है ना तो मैं ना लिरिक्स लिखन लग जाती हाँ. अच्छा जी. वह भी पंजाबी दे ते बहुत ही सोहने लिरिक्स लिखे जाते हैं. सो मैं फिर उस तो आया कि मैं जो लिरिक्स लिखे गए हैं ना मेरे म्यूजिक की कोई भी नवी कंपोजिशन बनानी हाँ वो सीखती हाँ कि इनू किसी तरह लैके आओ. से वो सोच के मैं फिर वो फस्ट जरा किया मेरे साहिबा जरा दीदार सोंग वो किया रिलीज़ वो जो लिरिक्स से दैन आफ्टर दैट इट्स मोर इज गैटिंग दोज लिरिक्स आउट. मैनू जिमें लग्या कि अजक एक तो जी म्यूजिक है ना वो म्यूजिक विच वी शुड ब्रिंग आर एलीमेंट्स जोड़े है ना जो रबाब और दिस इंस्ट्रूमेंट्स जी सिखी दे म्यूजिक है ना वी शुड ब्रिंग दोज राइट वो फ्यूजन करके थोड़ा प्लस जो लिरिक्स हैं आई जस्ट वॉन्टिड दैम टू बी ऑफ अ डिफरेंट क्वालिटी ऑफ लिरिक्स.
अजकल जो गाणियों में ना लिरिक्स से जान नहीं थोड़ी रही लाइक दिस फोकस नहीं होंगे कोई कोई गाना आता जिसे किसी ने लिरिक्स फोकस करके बनाया मोस्टली सारे गाने बनाते हैं जो लिरिक्स से फोकस नहीं करते बट आई वॉन्ट टू डू दैट सो इट्स दैट वॉज द मेन परपज दैट्स द फर्स्ट सॉन्ग आई डिड अच्छा मेरे साहिबा की गल करिए चलो वो भी धर्म के धार्मिक के आ गया मेरे साहब एक अरदास तौर पर आ गया तो जिम्मे गीत पूरे जो कमर्शियल गीत कह दें हाँ जी वो भी आए हैं क्योंकि संगीत तो उही है जी तुम्हें यह बहुत वधिया काम किया कि जेडे आम गीतों के आम एल्बम के म्यूजिक एल्बम के भी पुराने साज वरते बहुत वधिया गल मैं देखे तो फिर तुम मेरे साहिबा ट्रैक जो किया ਤੇ ਉਦੋਂ ਬਾਅਦ ਫਿਰ ਤੁਸੀਂ ਕਿਹੜਾ ਆਇਆ ਸਭ ਤੋਂ ਪਹਿਲਾਂ ਦਿਲ ਕਹਿੰਦਾ ਦਿਲ ਕਹਿੰਦਾ ਇਹ ਦਿਲ ਨਹੀਂ ਇੱਕ ਪਲ ਬੰਦਾ ਕੀ ਕਹਿੰਦਾ ਜੀ ਦਿਲ ਇਹ ਦਿਲ ਨਹੀਂ ਇੱਕ ਪਲ ਬੰਦਾ ਅੱਛਾ ਹੈ ਨਾ ਤੇ ਯੂ نو ਵਾਟ ਹੈਪਨਸ ਜਿਹੜੇ ਲਿਰਿਕਸ ਹੁੰਦੇ ਆ ਨਾ ਆਲ ਮਾਈ ਲਿਰਿਕਸ ਆਰ ਰਿਟਨ ਫਾਰ ਵਿਦ ਅ ਸੂਫੀ ਕਾਈਂਡ ਆਫ ਕਨਸੈਪਟ ਹੁਣ ਕਨਵਰਟਿੰਗ ਦੋ ਜਿਹੜੇ ਸੂਫੀ ਲਿਰਿਕਸ ਜਿਹੜਾ ਕਨਸੈਪਟ ਉਹਦੇ ਵਿੱਚ ਉਹੀ ਹੈ ਦਾ ਸੋਲ ਟੂ ਦਾ ਪ੍ਰਾਈਮ ਸੋਲ ਕਨਸੈਪਟ ਹੁਣ ਉਹ ਹੈ ਕਿ ਦੇ ਫਿੱਟ ਵੈਰੀ ਵੈਲ ਇਨ ਦਾ ਪੰਜਾਬੀ ਲਵ ਸੌਂਗਸ ਉਹ ਫਿਰ ਜਦੋਂ ਵੀਡੀਓ ਵਾਲੇ ਵੀਡੀਓ ਡਾਇਰੈਕਟਰ ਕਹਾਣੀ ਬਣਾਉਂਦੇ ਆ ਨਾ ਉਹ ਬੜੀ ਸੋਹਣੀ ਪੰਜਾਬੀ ਲਵ ਸੌਂਗ ਦੀ ਕਹਾਣੀ ਬਣਾ ਦਿੰਦੇ ਆ ਦੇ ਪ੍ਰੋਵਾਈਡ ਬਹੁਤ ਅੱਛਾ ਬਣਾਇਆ ਉਹਨਾਂ ਨੇ ਦਿਲ ਕਹਿੰਦਾ ਰਾਈਟ ਦੇ ਯੂ ਟ੍ਰਾਈ ਟੂ ਮੇਕ ਇਟ ਅ ਵੈਰੀ ਨਾਈਸ ਰੋਮਾਂਟਿਕ ਵੀਡੀਓ ਉਸ ਤੋਂ ਬਾਅਦ ਰਾਈਟ ਸੋ ਦੈਟਸ ਹਾਊ ਆਈ ਮੀਨ ਦਾ ਲੀਰਿਕਸ ਜਿਹੜੀ ਉਹਨਾਂ ਦੀ ਮੇਨ I call them a Punjabi Sufi lyrics because it's always or the lyrics the detail depth vich jao ta it's always a soul merging with the prime soul right like jive de dil kenda vich vi hai na kende rabba koi jugat bana de mere isht nu kol leya de ji hai na eh dil nahi ik pal benda hai eh dil vich sada tu renda ji right those were written with that but those fit so well right jede commercial song vich they fit very well so अच्छा लिखे भी तुसी सर हां जी हां जी आप ही लिखदे हो हां जी आप ही देखो जी ਤੁਹਾਡਾ ਦਿਮਾਗ ਤਾਂ ਵਾਵਾ ਵੱਡਾ ਸਾਰਾ ਹੋਣਾ ਰੱਬ ਨੇ ਪਾਇਆ ਜਿੱਥੇ ਇੰਨਾ ਕੁਛ ਇੰਨਾ ਟੈਲੈਂਟ ਭਰਿਆ ਹਰ ਤਰ੍ਹਾਂ ਦਾ ਹਰ ਤਰ੍ਹਾਂ ਤੁਸੀਂ ਕਰਦੇ ਹੋ ਔਰ ਦੂਜੀ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸੇਵਾ ਵੀ ਕਰਦੇ ਹੋ ਬੱਚਿਆਂ ਨੂੰ ਜਿਹੜਾ ਸਿਖਾਉਂਦੇ ਹੋ ਬਹੁਤ ਵੱਡੀ ਗੱਲ ਕਰਦੇ ਹੋ ਤੇ ਇਹ ਫਿਰ ਲਿਖਣ ਦਾ ਚਸਕਾ ਜਿਹੜਾ ਲਿਖਣ ਦਾ ਵੀ ਤੁਸੀਂ ਪਹਿਲਾਂ ਤੋਂ ਹੀ ਸੀਗਾ ਜੀ ਲਿਖਣ ਦੀ ਕਹਿ ਲਓ ਜਿੱਦਾਂ ਸ਼ੌਕ ਕਹਿ ਲਓ ਚਾਹੇ ਸ਼ਿਕਾਇਤ ਕਹਿ ਲਓ ਨਹੀਂ ਜੀ ਪਹਿਲਾਂ ਤਾਂ ਨਹੀਂ ਸੀਗਾ ਆਈ ਨੈਵਰ ਮਿਊਜ਼ਿਕ ਤਾਂ ਮੈਂ ਬਹੁਤ ਪਹਿਲੇ ਵੀ ਹੁੰਦਾ ਸੀਗਾ ਸਕੂਲ ਟਾਈਮ ਵਿੱਚ ਵੀ ਲਿਖਣਾ ਤਾਂ ਇਟ ਜਸਟ ਜਦੋਂ ਮੈਂ ਲਿਖਣ ਬੈਠਦੀ ਹਾਂ ਨਾ ਉਹ ਬਸ ਆਪੇ ਲਿਖਿਆ ਜਾਂਦਾ ਇਟਸ ਲਾਈਕ ਇਟ ਜਸਟ ਕਮਸ ਵਿਦ ਦ ਲਿਰਿਕਸ ਜੀ ਤੜਾ ਥੀਮ ਮਨ ਵਿੱਚ ਸੋਚ ਕੇ ਬੈਠਦੀ ਹਾਂ ਸੋ ਐਂਡ ਦੈਨ ਕੰਪੋਜੀਸ਼ਨ ਸੋਚ ਕੇ ਬੈਠਦੀ ਹਾਂ ਅਤੇ ਉਹ ਇਟ ਜਸਟ ਫਿਟਸ ਇਨ ਦ ਕੰਪੋਜੀਸ਼ਨ ਦ ਮੈਸੇਜ ਜੀ ਤੇ ਉਸ ਤੋਂ ਬਾਅਦ ਕਿੰਨੇ ਟਰੈਕ ਆ ਗਏ ਜੀ ਹੁਣ ਤੱਕ ਤੁਹਾਡੇ ਆਪਣੇ ਦਿਲ ਕਹਿੰਦਾ ਤੋਂ ਬਾਅਦ ਅਸੀਂ ਕਮਰਸ਼ੀਅਲ ਦੀ ਗੱਲ ਕਰਦੇ ਜਾਂ ਸੂਫੀ ਦੀ ਗੱਲ ਕਰਦੇ ਧਾਰਮਿਕ ਨੋਟ ਧਾਰਮਿਕ ਹਾਂਜੀ ਉਸ ਤੋਂ ਬਾਅਦ ਦਿਲ ਕਹਿੰਦਾ ਤੋਂ ਬਾਅਦ ਦੇਰ ਵਾਸ ਅਨਦਰ ਵਨ ਓਲੇ ਓਲੇ ਅੰਬਰਾਂ ਦੇ ਉੱਡਦਾ ਫਿਰੇ ਹੌਲੇ ਹੌਲੇ ਤਾਰਿਆਂ ਤੋਂ ਪੁੱਛਦਾ ਫਿਰੇ ਉਹ ਓਲੇ ਓਲੇ ਨਾਮ ਤੋਂ ਹੈਗਾ ਦੈਟਸ ਅਦਰ ਸੌਂਗ ਇਹ ਓਲੇ ਓਲੇ ਸੀ ਕਿ ਓਲੇ ਓਲੇ ਨੋ ਇਟਸ ਓਲੇ ਓਲੇ ਅੰਬਰਾਂ ਦੇ ਓਲੇ ਓਲੇ ਅੰਬਰਾਂ ਦੇ ਹਾਂਜੀ ਜਿਹੜਾ ਵੀ ਓਲੇ ਓਲੇ ਪਿੱਛੇ ਓਲੇ ਓਲੇ ਅੰਬਰਾਂ ਦੇ ਉੱਡਦਾ ਫਿਰੇ ਹੌਲੇ ਹੌਲੇ ਤਾਰਿਆਂ ਤੋਂ ਪੁੱਛਦਾ ਫਿਰੇ ਜੀ ਇਹ ਵੀ ਅਸੀਂ ਗੀਤ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਗੱਲਾਂ ਬਾਤਾਂ ਸਿਲਸਿਲਾ ਇਹ ਚੱਲਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਇਹ ਸ਼ੁਰੂ ਤੋਂ ਹੀ ਸ਼ੌਕ ਸੀਗਾ ਲਿਖਣ ਦਾ ਵੀ ਬਾਅਦ ਦੇ ਵਿੱਚ ਸ਼ੌਕ ਪੈ ਗਿਆ ਤੇ ਹੁਣ ਅੱਗੇ ਹੋਰ ਕੀ ਸ਼ੌਕ ਕੋਈ ਡਾਇਰੈਕਸ਼ਨ ਕੋਈ ਫਿਲਮਾਂ ਫੁਲਮਾਂ ਬਣਾਉਣ ਦਾ ਕੋਈ ਇਹੋ ਜਿਹੇ ਪਾਸੇ ਤੁਹਾਡਾ ਸ਼ੌਕ ਹੋਵੇ ਨਹੀਂ ਇਹਨੋ ਕੀ ਹੁੰਦਾ ਉਹ ਜਿਹੜਾ ਆਪਣਾ ਇਟਸ ਅ ਪਾਥ ਇਟਸ ਅ ਜਰਨੀ ਰਾਈਟ ਤੇ ਉਹ ਤੁਸੀਂ ਲਰਨ ਕਰਦੇ ਹੋ ਜਰਨੀ ਵਿੱਚ ਹੁਣ ਆਈ ਜਸਟ ਸੀ ਐਟ ਦਿਸ ਪੁਆਇੰਟ ਆਈ ਸੀ ਕਿ ਮੇਰੇ ਹੁਣ ਜਿਹੜੇ ਪੰਜਾਬੀ ਦੇ ਦੇ ਆਰ ਐਟਲੀਸਟ ਤਿੰਨ ਹੋਰ ਸੌਂਗ ਹੈਗੇ ਆ ਜਿਹੜੇ ਕਮਰਸ਼ੀਅਲ ਰਿਲੀਜ਼ ਹੋਣ ਵਾਲੇ ਹੈਗੇ ਹੈ ਬਟ ਆਈ ਥਿੰਕ ਉਸ ਤੋਂ ਬਾਅਦ ਆਈ ਹੈਵ ਸੀਨ ਅ ਪਾਥ ਜਿੱਥੇ ਮੈਨੂੰ ਹੈਗਾ ਕਿ ਅੱਜ ਕੱਲ੍ਹ ਮੇਰੇ ਕਰ ਰਹੀ ਹਾਂ ਲੇਟੈਸਟ ਆਈ ਐਮ ਡੂਇੰਗ ਕਾਇੰਡ ਆਫ ਜਿਹੜੀ ਗੁਰਬਾਣੀ ਦੇ ਇੰਗਲਿਸ਼ ਵਿੱਚ ਕਰਕੇ ਨਾ ਐਂਡ ਦੈਨ ਮਿਕਸ ਵਿਦ ਪੰਜਾਬੀ ਸੋ ਰਾਈਟ ਨਾਓ ਆਮ ਵਰਕਿੰਗ ਔਨ ਅ ਸੌਂਗ ਫਿਲ ਕੋਲਿੰਸ ਦਾ ਸੌਂਗ ਹੈਗਾ ਔਨ ਹੋਮਲੈਸ ਸੋ ਆਈ ਐਮ ਡੂਇੰਗ ਅ ਕਵਰ ਸੌਂਗ ਫੋਰ ਦੈਟ ਅਤੇ ਉਹਦੇ ਵਿੱਚ ਮੈਂ ਥੋੜ੍ਹਾ ਪੰਜਾਬੀ ਪਾ ਕੇ ਕਰ ਰਹੀ ਹਾਂ ਰਾਈਟ ਫੋਰ ਦੈਟ ਕਾਇੰਡ ਆਫ ਮੈਸੇਜ ਐਂਡ ਗੋਇੰਗ ਫੋਰਵਰਡ ਮੈਂ ਉਹ ਸੇਮ ਥੋੜ੍ਹੇ ਹੋਰ ਥੋੜ੍ਹੇ ਰਿਲੀਜ਼ ਕਰਨਾ ਚਾਹੁੰਦੀ ਹਾਂ ਇੱਥੇ ਬਟ ਆਈ ਥਿੰਕ ਜੇ ਮੇਨਲੀ ਦਾ ਫੋਕਸ ਇਹ ਹੈਗਾ ਜੇ ਜਿਵੇਂ ਵਾਹਿਗੁਰੂ ਜੀ ਟਾਈਮ ਦਿੰਦੇ ਰਹਿੰਦੇ ਹੈ ਰਾਈਟ ਇੱਕ ਤਾਂ ਹੈ ਕਿ ਜਿਹੜੇ ਬੱਚਿਆਂ ਨੂੰ ਸਿਖਾ ਯੂਥ ਨੂੰ ਟੂ ਹੈਵ ਦਮ ਅਵੇਅਰ ਆਫ ਦ ਜਿਹੜੇ ਸਿੱਖ ਰਾਗਸ ਐਂਡ ਇੰਸਟਰੂਮੈਂਟਸ ਉਹ ਚੱਲਦਾ ਰਹੇ ਰਾਈਟ ਜਸਟ ਗੈਟ ਇਟ ਟੂ ਦ ਨੈਕਸਟ ਲੈਵਲ ਹੋਰ ਥੋੜ੍ਹੇ ਐਡਵਾਂਸ ਲੈਵਲ 'ਤੇ
एंड दैन म्यूजिक एल्बम्स विच जस्ट दीज सोंग्स जोड़े भी जो ना विद गुड मैसेज एंड वेरी गुड म्यूजिक वो आते रहन यू नो इन्ना टाइम मिलता रहे दैट्स इट एक्चुअली जिम्मे बच्चों की गल की है तो हूँ तक अपने बच्चों के है इंट्रस्ट इस गल पिछे भी सिख राग असी सीखिए ये बारे जाए कि परसेंट जो बच्चे साढ़े है जो इंट्रस्ट रखते हैं You know what happens is बच्चियाँ नू जे तुसी एक बारी दिखा दो एवें इफ यू शो दैम अ परफॉर्मेंस जो there's a group जो ग्रुप वाले बच्चे जो परफॉर्म करते हैं ना सारे साज पकड़ के यू नो तो जो बाकी देखते हैं ना उन्होंने भी अपने आप शौक आ जाता है तो विद दैट आई सी कि ऑलमोस्ट there's a lot of parents and children हो जो मेरे को आते हैं कि नहीं असी भी सीखना है देख के यू नो तो उ कि असी परफॉर्मेंसिज करते रहते हैं जिमें बर्कली म्यूजिक फेस्टिवल्स वी डिड द सिख हैरीटेज सिम्फनी सो आई मेड दिस कॉन्सर्ट्स करने वास्ते ना वी मेड अ ग्रुप जिसे बच्चे जरा अच्छा सीख जाते हैं ना सो वी गो डू कॉन्सर्ट्स जगह पर कित जाके लाइक वर्ल्ड म्यूजिक फेस्टिवल तो फिर उन्होंने होर बच्चे देखते हैं एंड दे लाइक इट राइट दे वॉन्ट टू लर्न मोर तो it's happening I think that's why as jive jive hor zyada log hi dekhte hain unna nu shock aunda hai right oh sada pichle kai saalan vich siga hi nahi kisi ne dekhya bhi nahi right hun jive bajana shuru karange ओवें ओवें होर बच्चों का भी उत्साह होएगा इंट्रस्ट बनेगा तो हुण तुसी जिवें बे एरिए रहिंदे हो मेरे ख्याल तो उस एरिए दे बच्चे आउंदे जां होर कोई बच्चा तुहाडा हुण जुड़ना चाहे कोई मतलब कैलीफोर्निया तो कह लो कैलीफोर्निया तो बाहरों कह लो तो उन्होंने फिर किवें करदे हो अपना वीडियो ते भी क्लासेस वगैरह लग जांदियां जां सिर्फ तुहानू उन्हां आउणा पैंदा बच्चे नूं हाँ जी आई थिंक एक तो हुण जिहड़ी लेटेस्ट असीं सीखी है पहले थोड़ा मुश्किल हुंदा सीगा यू नो दूसरे जिहड़े दूर दे बच्चियां नूं बट ड्यूरिंग ऑल ऑफ दिस क्लोज डाउन जिहड़ा पैंडमिक सीजन वी कंटिन्यूड विद द ऑनलाइन तो ऑनलाइन करन दा इह फायदा होया कि उहदे विच हुण दूर दे बच्चे भी कर सकते हैं जी अजकल क्लासेस कंटिन्यू रही हैं ऑनलाइन भी बच्चों ने काफ़ी अच्छे अच्छे नवे राग सीखे सो दैट्स हेल्पिंग दिस टेक्नोलॉजी इज हेल्पिंग नाउ टू कनेक्ट ऑनलाइन ऑल्सो हाँ अजकल तो बहुत सौखा हो गया जी बहुत वधिया हो गया सो बढ़िया वधिया गल्लां तुहाडे नाल चल रही ने जी नाल गल्लां होर भी अजे सवाल होर भी बहुत ने ते गीत भी जिहड़ा खास तौर पर मैं साडे दर्शकों नूं दस देवां भी 23 जुलाई नूं शिव कुमार बटालवी साहब का जन्मदिन हुंदा ते खास तौर पर उन्हां वास्ते उन्होंने गीत जिहड़ा इन्होंने एक कढ़िया शिव कुमार बटालवी साहब का वो भी असी जिक्र करांगे गीत भी तुहानू दिखावांगे उहदा भी जिक्र जरूर करांगे पर फिलहाल एक ब्रेक लैंदे साडे दर्शक जिहड़े ने जुड़े रहो जस पंजाबी दे नाल मिलदे आ ब्रेक तो बाद हाजरा जी ब्रेक तो बाद एक बार फिर प्रोग्राम लैके प्रोग्राम तुसी आनंद माण रहे हो घर बैठे दर्शक पूरी दुनिया के साडे स्टूडियो के आए हुए ने साडे खास मेहमान लीना सिंह लीना सिंह जी तुसी इन्हों दे सोशल मीडिया से फॉलो कर सकते हो कोई नाल जुड़ना चाहते बच्चे चाहे किसी भी कंट्री जुड़ना चाहते हैं तो जुड़ सकते हैं खास तौर पर असी गल कर रहे हैं सिख राग की जो साडे गुरुआ की बख्शिश हैगी सिख पुरातन साज जड़े ने वो इन्हों को कोई सीखना चाहता जानना चाहता कुछ तो जरूर इन्हों संपर्क कर सकते हो एक बार पर हुण फिलहाल साडी गल चल रही है म्यूजिक एल्बम जिहड़ियां इन्होंने कढ़ियां उहदे बारे जी लीना सिंह जी हाँ जी अच्छा ये फिर लिखण वेले की सोचते हो जो तो कुछ लिखते हो जिदा ओले ओले की आप खास तौर पर गल करिए असल दे विच ठेठ पंजाबी दे विच गल करिए ओले ओले है एक तो ओले ओले है ना जी ओले ओले कहते भी आई लव जी जो ओले इलू इलू ओले ओले इदा एक तो वह हैगा जो हिंदी वाला पक्ष ये जो ओले ओले बदलों के थोड़ा ये गीत आया ये कमर्शियल फिर ये की कहानी है ये किवें लिखिया की संगीत है वीडियो वगैरह टोटल थोड़ी कौन बना अच्छा एक तो सब तो पहले तो इट जस्ट एक मैसेज सीगा बड़ा प्यारा जिहा जस्ट वॉन्ट टू गिव ओले ओले अंबरां दे उड़दा फिरे होले होले तारियां तो पुछता फिरे तो एक अंतरे भी आंदा है जग वेले तो काला पया दौड़दा है ना तो फिर कहिंदे कि वेख चढ़दी पतंग दिल सोचदा किवें अपना मैं सिरा डोरदा जी यू नो सो जस्ट लिखे लिरिक तो उस बाद मैं लग्या कि चलो इनू हम कंपोजिशन पाइए तो आई जस्ट वॉन्टिड टू ब्रिंग द सेम रबाब एंड ऑल इंस्ट्रूमेंट्स वो है ना तो फिर म्यूजिक सब तो वड्डी गल लिरिक्स आ जाते हैं कंपोजिशन दिमाग होंगी है थोड़ी उस तो बाद होंगे कि म्यूजिक जी प्रोडक्शन वाली म्यूजिक पानी विच थोड़ा एफर्ट लगता है दैन यू हैव टू फाइंड द राइट पीपल तो फिर वो वास्ते मैं कॉन्टैक्ट किया जो वीडियो डायरैक्टर है जे सी तनोवा ही इज़ इन
कैनेडा वैंकूवर च हैगे जी सो ही लाइक द सॉन्ग एंड ही वांटेड टू डू द वीडियो ओदे वास्ते एंड देन ही उन्होंने रिकमेंड किया कि अरेंजमेंट म्यूजिक की कौन कर सकता है सो ही हेल्प विद दैट ते ओदा फिर म्यूजिक बनाया ओदा बैठ के दैन ही डिड द फिर उन्होंने भी इंडिया जाना सी आई ऑलसो हैड टू गो टू इंडिया तो फिर उत्थे जाके उन्होंने कॉन्सैप्ट जोड़ा लिता कहानी का एंड दैन उसे उत्थे वीडियो शूट किया फिर तो जिवें तुहाडी पंजाबी भी काफ़ी शुद्ध कह सकते हैगी है तुसीं गुरबाणी नाल जुड़े हो बहुत तो किहड़ा एरिया उधरों हैगा पंजाब दे विचों जां कित्थों पंजाब विच में आई वाज चंडीगढ़ विच बॉर्न होई सी ऑल एजुकेशन इज चंडीगढ़ उत्थे सारे कॉलेज भी उत्थे पी सी पैक जिहड़ा इंजीनियरिंग कॉलेज है उत्थे कीता सी फिर उस तों बाद इत्थे आ गए सो इट्स मोस्टली देयर ओनली हाँ जी ते नहीं तुसीं बॉर्न वी चंडीगढ़ दे हाँ जी हाँ जी वाह जी चंडीगढ़ केड़ा सैक्टर 11 सेक्टर हाँ तुसीं पहला भी दस्सिया सी असीं काफ़ी देर चंडीगढ़ ही रहे हैं चंडीगढ़ दा बहुत वधिया शहर हैगा हर पक्षों सिस्टम खास तौर पर पंजाब नूं चंडीगढ़ नाल कंपेयर करिए सिस्टम चंडीगढ़ दे विच बहुत वधिया हैगा हाँ जी हाँ जी इट्स वेरी नाइस ते अच्छा ये जिहड़ा ओले ओले गीत तों बाद फिर तुसीं हुण किन्नी क देर बाद एक गीत कढ़दे हो जे कोई गल करिए बई ए दिल कहिंदा ते ओले ओले विच किन्ना गैप पिया सी या दूजा सवाल ये सीगा कि इहदे जदों तुसीं इदां दे गीत कढ़दे हो कमर्शियल गीत कढ़दे हो ते फिर जिहड़े धार्मिक तुहाडा पक्ष हैगा धार्मिक कोई प्रोजेक्ट का हुंदा उह वी नाल नाल चलदे जां फिर रोक दित्ते या जिहड़े धार्मिक वाले हुंदे आ ना उह तां उहनां दा तां रूटीन है उह तां एवरी डे भी चलदे आ एवरी वीक क्योंकि उह तां फिक्सड हैगे आ एकदम यू नो एवरी डे जिवें मैं सहज पाठ तो वो रिकॉर्डिंग्स भेजती हाँ मतलब डिफरेंट चैनल्स से मीनिंग्स करके ट्रांसलेशन करके सो वो तो चल ही रहा है दैट इज़ ऑन गोइंग जो कमर्शियल हैं वो विच विच कभी आ जाते हैं कभी कोई लिरिक्स आए तो वो भी काफ़ी पे होंगे वो लिरिक्स लिखे जाते हैं फिर कभी मन करता चलो साल हो गया हूँ इनू कट के एक और करिए बट एंड दैट इज़ जस्ट फॉर द फन ऑफ इट हूँ तो मैं लग रहा कि फॉर द कमर्शियल ऑलसो हूँ मेरा जो मैसेजिंग वाला मैनू आया ना मन में की करना है सो आई थिंक आई एम गोना वो थोड़ा मैं ज़्यादा फ्रीकुएंट करांगी बिकॉज इन्ना अच्छा रिस्पॉन्स मिल रहा है ना यू नो यूट्यूब ते एंड एवरीवेयर आई कैन सी इट्स अ ग्रेट इंस्पिरेशन जी लिसनर्स को मिल रही है सो आई वॉन्ट टू डू मोर ऑन दैट ऑल्सो जी हाँ जी असं ब्रेक तो जाने तो पहले जरूर जानना चाहवागे फिर तुम जी संगीत की फिर आप एक बार गल करते हैं संगीत सिखाने हो जो पुरातन साजा की खास तौर पर गल करिए फिर थोड़ी कोई अकैडमी बनाई है या तुम वैसे ही शौकिया सिखाते हो नो इट इज़ इट्स ऑलमोस्ट अकैडमी तो नहीं है वर्चुअल अकैडमी कह लो बट देर इज़ बड़े बच्चे जुड़े हुए हैं जेडे हूँ साल तो असं करे जा रहे हैं through Gurdwara or every Sunday and through Thursday, Friday evenings and through other schools jede jide vich main jaake sikhani ha te utthe vi bacche aunde hain jude hoye hain so it's almost like academy hale nahi banayi but everybody knows ki unhone ki je sikhna hai ta they can come to these locations ji ha ajj kal ta bada saukha kam ho gaya ji duniya de kise vi kone chon baith ke haan ji koi vi training leni koi sikhna sikhona sikh sakde hage ha haan ji te assi hor ki qualification ta chalo pata lag gayi क्वालिटी या हॉबी तुहाडियां की ने डीना सिंह दियां वैसे तो इधर तुहाडा टाइम बहुत लग जाता है जॉब भी करनी कामकार करने सारे तो होर की तुहाडे शौक ने खास बस यही हूँ तो यही बहुत शौक लगते हैं मैनू यू नो म्यूजिक विच ही इन्नी वेरिएशन हैगी है जिहड़ा मेरा जिवें हुण मैं रैगुलर रागस करा या गुरबाणी दे करा या व्याख्या करा बियॉन्ड दैट ये मेरी हॉबी हो जाती है कि हूँ एक कमर्शियल भी कर लो राइट एंड लर्निंग इज माई हॉबी जी चलो बहुत मेहरबानी बहुत वधिया गल्लां हो रही ने ते ब्रेक तो बाद असी गल करांगे जी शिव कुमार बटालवी साहब की 23 जुलाई का उन्हों का जन्म हुंदा ते उन्हां दी खास तौर पर उन्हां बारे भी इन्होंने खास काम किया है और बहुत वधिया सोच मैं समझदा हैगा इहो जिहे शायरां नूं याद करना इहो जिहे शायरां नूं गाउणा बहुत चंगी गल है एक ब्रेक लैंदे आ ब्रेक तो बाद फिर हाजिर होंदे आ देखदे रहो जस पंजाबी ब्रेक तो बाद हाजिर है प्रोग्राम का आखिरी हिस्सा तो आखिरी हिस्से फिर जुड़ते हैं लीना सिंह जी नाल ते शिव कुमार बटालवी जी का जिहड़ा ट्रैक उन्हां दा आ रहा उहदे बारे गल करदे जी लीना जी तुसीं शिव कुमार बटालवी जिवें दस्सिया कि अज्ज उन्होंने जन्मदिन 23 जुलाई में अज प्रोग्राम अपना जो चल रहा तो ये तो स्पैशल एक उन्होंने गीत गाया एक गीत गाया या पूरी एल्बम तैयार की हाँ जी जो मेरे को टाइम हो तो मैं पूरी एल्बम तैयार करा मेरे मन में बहुत शौक सगा आई रियली रिस्पैक्ट हिज वर्क जो उन्हें लिखिया हुआ है ना
ਬਹੁਤ ਛੋਟੀ ਸੀ ਬਚਪਨ ਵਿੱਚ ਵੈਨ ਆਈ ਫਸਟ ਸੋ ਕੋਈ ਉਹਨਾਂ ਦਾ ਕਰ ਰਿਹਾ ਸੀ ਟੈਗੋਰ ਥੀਏਟਰ ਵਿੱਚ ਕੀ ਦੋਸ਼ ਸੀ ਲੂਨਾ ਦਾ ਨੋ ਇਟ ਇਟ ਰੀਲੀ ਹੈਡ ਅ ਗੁੱਡ ਇੰਪੈਕਟ ਔਨ ਮੀ ਤਾਂ ਹੁਣ ਮੇਰਾ ਸੀਗਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇਹ ਦੈਟਸ ਦਾ ਲਿਰਿਕਸ ਆਈ ਪਿਕ ਫਰੋਮ ਸ਼ਿਵ ਕੁਮਾਰ ਬਟਾਲਵੀ ਜੀ ਅਤੇ ਉਹਨਾਂ ਦਾ ਵੈਰੀ ਬਿਊਟੀਫੁਲ ਕੰਪੋਜੀਸ਼ਨ ਆਈ ਆਸਟ ਆਈ ਵਾਂਟਿਡ ਟੂ ਡੂ ਇਟ ਸੋ ਆਈ ਆਸਟ ਉਸਤਾਦ ਹਮਾਯੂ ਸਕੀ ਜੀ ਟੂ ਹੈਲਪ ਮੀ ਉਹਨੂੰ ਪਰੋ ਕੇ ਕੰਪੋਜੀਸ਼ਨ ਵਿੱਚ ਕਿਵੇਂ ਮਿਊਜ਼ਿਕ ਵਿੱਚ ਲੈ ਕੇ ਆਈਏ ਫਿਰ ਇੱਥੇ ਦੇਰ ਇਜ਼ ਵੈਰੀ ਵੈਲ ਨੋਨ ਮਿਊਜ਼ੀਸ਼ੀਅਨ ਹੈਗੇ ਆ ਉਹਨਾਂ ਕੋਲੋਂ ਉਹਦੀ ਮਿਊਜ਼ਿਕ ਬਣਵਾਈ ਮਿਊਜ਼ਿਕ ਅਰੇਂਜਮੈਂਟ ਕਰਵਾਈ ਇਟਸ ਇਟਸ ਰੀਅਲੀ ਕਮ ਆਊਟ ਵੈਰੀ ਨਾਈਸ ਹਾਂਜੀ ਅਤੇ ਇਹ ਤੁਹਾਡੇ ਧਿਆਨ ਦੇ ਵਿੱਚ ਕਿਵੇਂ ਆਇਆ ਕਿ ਮੈਨੂੰ ਸ਼ਿਵ ਕੁਮਾਰ ਬਟਾਲਵੀ ਦਾ ਵੀ ਗੀਤ ਗਾਉਣਾ ਚਾਹੀਦਾ ਜਾਂ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹਾਂਜੀ ਜੀ ਜਿਹੜੇ ਸਾਡੀ ਪੰਜਾਬੀਅਤ ਵਿੱਚ ਜਿਹੜੀਆਂ ਰੂਟਸ ਹੈਗੀਆਂ ਨਾ ਆਫ ਦਾ ਲਿਟਰੇਚਰ ਦੈਟਸ ਆਲ ਇਨ ਦਿਸ ਪੋਇਟਸ ਮੇਰਾ ਬੜਾ ਮਨ ਹੁੰਦਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਨਾ ਉਹਨੂੰ ਲੈ ਕੇ ਆਈਏ ਇਹਨਾਂ ਸਾਰਿਆਂ ਦੇ ਸਾਹਮਣੇ ਉਹਨਾਂ ਨਾਲ ਸ਼ੇਅਰ ਕਰੀਏ ਸੋ ਦੈਟ ਟੂਡੇਜ਼ ਜਨਰੇਸ਼ਨ ਯੂਥ ਦੇ ਸੀ ਇਟ ਐਂਡ ਦੇ ਹੈਵ ਦੈਟ ਫੀਲ ਉਹਨਾਂ ਨੂੰ ਵੀ ਮਹਿਸੂਸ ਹੋਏ ਕਿ ਕਿੰਨਾ ਅੱਛਾ ਕਿੰਨਾ ਕੰਮ ਕੀਤਾ ਹੋਇਆ ਹੈ ਸਾਡੇ ਪੰਜਾਬ ਵਿੱਚ ਸੋ ਦੈਟ ਵਾਜ਼ ਦਾ ਹੋਲ ਥਿੰਗ ਵਾਜ਼ ਟੂ ਬ੍ਰਿੰਗ ਆਊਟ ਹਿਸ ਲਿਰਿਕਸ ਉਹਨਾਂ ਨੂੰ ਡੈਡੀਕੇਟ ਕਰਨ ਵਾਸਤੇ ਹੀ ਸੱਚ ਅ ਲੈਜੈਂਡਰੀ ਪੋਇਟ ਅਤੇ ਅਖੀਰ ਦੇ ਵਿੱਚ ਕੋਈ ਦੋ ਸ਼ਬਦ ਤੁਸੀਂ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ just see thodi inspiration chahidi hai need your love and that's all what motivates me ji chalo tuhanu bahut bahut dhanwad karde ha tusi sade studio de vich aaye california de vich te ummeed karde ha vi gahan vi tuhade darshan hunde rehnge khas taur te jive apan ਗੁਰਬਾਣੀ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੀ ਗੱਲ ਕਰ ਰਹੇ ਹਾਂ ਹੋ ਸਕਦਾ ਪਰਮਾਤਮਾ ਨੇ ਚਾਹਿਆ ਤਾਂ ਉਹ ਪ੍ਰੋਗਰਾਮ ਗੁਰਬਾਣੀ ਦਾ ਜਿਹਦੇ 'ਚ ਲੋਕ ਸਾਡੇ ਦਰਸ਼ਕ ਜਿਹੜੇ ਲਾਈਵ ਕਾਲਾਂ ਕਰਕੇ ਤੁਹਾਡੇ ਕੋਲ ਸਵਾਲ ਬੱਚੇ ਸਵਾਲ ਕਰ ਸਕਦੇ ਨੇ ਹਿਸਟਰੀ ਇਤਿਹਾਸ ਬਾਰੇ ਸਵਾਲ ਕਰ ਸਕਦੇ ਨੇ ਸੋ ਉਹ ਪ੍ਰੋਗਰਾਮ ਵੀ ਉਮੀਦ ਹੈ ਵੀ ਅਸੀਂ ਛੇਤੀ ਸ਼ੁਰੂ ਕਰਾਂਗੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ